ਟਰ ਚ ਤਕਨੀਕੀ ਖਰਾਬੀ ਆਈ ਸੀ ਉਹਨਾਂ ਦਾ ਮੌਕਾ ਦੇਣਾ ਬਣਦਾ ਹੀ ਬਾਅਦ ਲਓ ਜੀ ਸੁੱਤੇ ਹੁਣ ਆਪਾਂ ਉੱਠ ਪਏ ਹਾਂ ਅਤੇ ਹੁਣ ਤਿਆਰੀ ਕਰਨ ਲੱਗੇ ਹਾਂ ਮੇਲੇ ਦੀ। ਟਰੈਕਟਰ ਆਪਣੇ ਬਾਹਰ ਖੜ੍ਹੇ ਆ, ਆ ਜਾਓ ਦਿਖਾਉਂਦੇ ਤੁਹਾਨੂੰ। ਲਓ ਜੀ ਸਵੇਰ ਦਾ ਮੌਸਮ ਦੇਖੋ ਕਿੰਨਾ ਸੋਹਣਾ ਆ, ਮੱਠੀ ਮੱਠੀ ਤਰੇਲ ਪਈ ਆ ਅਤੇ ਮੱਠੀ ਮੱਠੀ ਧੁੰਦ ਆ, ਮਾੜੀ ਮਾੜੀ ਠੰਡ ਆ, ਬਾਹਲਾ ਹੀ ਸੋਹਣਾ ਆ ਮੌਸਮ ਹੈ ਨਾ ਸਵੇਰ ਦਾ। ਮੁੰਡੇ ਹਜੇ ਆਰਾਮ ਫਰਮਾ ਰਹੇ ਆ, ਟਰੈਕਟਰ ਲੋਡ ਕਰ ਲਏ। ਲਓ ਬਈ ਆਇਆ ਆਪਣੇ ਬੀਗੋ ਭਰਾ ਦੀ 36 ਫੁੱਟੀ ਟਰਾਲੀ, ਸ਼ੌਂਕ ਦਾ ਕੋਈ ਮੁੱਲ ਨਹੀਂ, ਕਨੇਡਾ ਦਾ ਝੰਡਾ ਲਾਇਆ ਮੁੰਡੇ ਨੇ। ਐ ਦੇਖੋ ਡਬਲ ਧੁਰਾ ਅਤੇ ਗੁੱਚੀ ਵਾਲਾ ਸੱਪ ਵੀ ਬਣਾਇਆ ਹੋਇਆ ਆ ਟਰਾਲੀ 'ਤੇ। ਟਰਾਲੀ ਕਾਹਦੀ, ਟਰਾਲੇ ਵਾਲੀ ਧੰਨ ਧੰਨ ਕਰਾਈ ਆ ਭਰਾ ਨੇ। ਆਹ ਆਪਣਾ ਟਰੈਕਟਰ ਹੱਲੇ ਤਾਂ ਆਹ ਵੀ ਲੱਦਣ ਵਾਲਾ ਪਿਆ ਆ ਜਗਾੜੂ, ਇਹ ਵੀ ਮੁੰਡੇ ਲੱਦਣਗੇ ਹੁਣ। ਇਹ ਆਪਣਾ ਘਰ ਆ ਜੀ। ਸਤਿ ਸ਼੍ਰੀ ਅਕਾਲ ਆ ਬਈ ਸਾਰੇ ਭਰਾਵਾਂ ਨੂੰ। ਅੱਜ ਆਪਾਂ ਚੱਲੇ ਹਾਂ ਮੇਲਾ ਦੇਖਣ, ਟਰੈਕਟਰ ਤਵੀਆਂ ਮੁਕਾਬਲਾ ਅੱਜ ਦਿਖਾਉਂਦੇ ਹਾਂ ਤੁਹਾਨੂੰ, ਰੌਣਕ ਮੇਲਾ ਤਵੀਆਂ ਮੁਕਾਬਲਾ ਨਾਲੇ ਦੱਸਦੇ ਹਾਂ ਕਿੱਦਾਂ ਮੁੰਡੇ ਮਿਹਨਤ ਕਰਦੇ, ਟਰੈਕਟਰ ਕਿੱਦਾਂ ਤਿਆਰ ਕਰਕੇ ਲੈ ਕੇ ਗਏ ਆ, ਕਿੰਨੀ ਤੰਗੀ ਪਰੇਸ਼ਾਨੀ ਆਉਂਦੀ ਆ, ਕਿੱਦਾਂ ਮੇਲਾ ਹੁੰਦਾ, ਸਾਰਾ ਕੁਛ ਹੀ ਤੁਹਾਨੂੰ ਡਿਟੇਲ 'ਚ ਦਿਖਾਵਾਂਗੇ ਕਿ ਮੇਲਾ ਹੁੰਦਾ ਕਿੱਦਾਂ ਆ ਤਵੀਆਂ ਦਾ। ਆ ਜਾਓ ਅੱਜ ਤੁਹਾਨੂੰ ਆਪਣੇ ਚੱਲਦੇ ਟਰੈਕਟਰ ਦਿਖਾਉਂਦੇ ਹਾਂ, ਉੱਥੇ ਬੰਨਦੇ ਹਾਂ ਮੇਲਾ, ਰੰਗ ਬੰਨਦੇ ਉੱਥੇ ਜਾ ਕੇ ਮਿਲਦੇ ਹਾਂ ਮੇਲੇ 'ਤੇ। ਆ ਜਾਓ ਵੀ ਚੱਲੀਏ ਹੁਣ। ਲਓ ਜੀ ਹੁਣ ਆਪਾਂ ਪਹੁੰਚ ਗਏ ਹਾਂ ਮੇਲੇ 'ਤੇ, ਤੁਹਾਨੂੰ ਦਿਖਾਉਂਦੇ ਹਾਂ ਮੇਲਾ। ਆਪਣੇ ਭਰਾ ਗਏ ਅੱਜ ਚੰਡੀਗੜ੍ਹ ਤੋਂ ਆਇਆ ਆਪਣਾ ਭਰਾ ਇਹੋ, ਇੱਧਰ ਭਾਈ ਹੋਣੀ ਮੰਡ ਸਾਹਿਬ, ਭਾਈ ਹੋਣੀ ਆਪਣੇ ਮੰਡਾ ਵਾਲੀ ਭਰਾ ਆ ਗਏ ਆ, ਬਾਕੀ ਆਉਂਦੇ ਆ ਭਰਾ ਆਪਣੇ ਪਿੱਛੇ ਟਰੈਕਟਰ ਲੈ ਕੇ, ਮਿਲਦੇ ਆ ਹੁਣ ਤੁਹਾਨੂੰ ਮੇਲਾ ਦਿਖਾਉਂਦੇ ਹਾਂ, ਆ ਜਾਓ ਚੱਲੀਏ ਵੀਡੀਓ ਕਾਲ। ਮੇਲਾ ਪੂਰਾ ਭਰਿਆ ਜੀ, ਪੂਰਾ ਮੇਲਾ ਭਰਿਆ ਹੋਇਆ, ਆਹ ਉੱਪਰ ਜਹਾਜ਼ ਵੀ ਆ, ਉਹ ਬਈ ਬੰਦੇ ਆਪਣੇ ਪਹੁੰਚ ਗਏ ਆ ਮੇਲੇ 'ਤੇ। ਆ ਮੀਂਹ ਪਏ ਕਰਕੇ ਹੈ ਨਾ ਪੈਲੀਆਂ ਪੋਲੀਆਂ ਹੋਈਆਂ, ਟਰੈਕਟਰ ਬਹਿ ਗਿਆ ਆਪਣਾ ਬੱਲੇ। ਤੁਹਾਨੂੰ ਕੀ ਹਾਲ ਮੁੰਡੇ, ਤਿਆਰੀ ਆ, ਤਿਆਰੀ ਪੂਰੀ ਮੇਲੇ ਦੀ, ਪੂਰੀ ਜ਼ੋਰ ਲੱਗਾ ਹੋਇਆ ਪੂਰਾ ਬਈ, ਗਰਮੀ ਵੀ ਬਹੁਤ ਆ ਅਤੇ ਜ਼ੋਰ ਵੀ ਪੂਰਾ ਲੱਗਾ, ਅਤੇ ਉੱਧਰੋਂ ਟਰੈਕਟਰ ਵੀ ਅਨਾਊਂਸ ਕਰਤਾ, ਟਰੈਕਟਰ ਚਲਾਉਣਾ ਵੀ ਆ ਲਾ ਕੇ, ਗਰਮ ਮਾਹੌਲ ਪੂਰਾ ਹੋਇਆ ਪਿਆ ਆ। ਟਰਾਲੀ ਗਈ ਆ ਹੁਣ ਖੁਦ, ਹੁਣ ਟਰੈਕਟਰ ਆਪਾਂ ਨੂੰ ਇੱਥੇ ਹੀ ਲਾਉਣੇ ਪੈਣੇ ਆ, ਨਹੀਂ ਤਾਂ ਜੁਗਾੜ ਆਪਾਂ ਹੋਰ ਕਰ ਲੈਣਾ ਸੀ, ਜਦੋਂ ਉੱਚੀ ਜਿਹੀ ਪੈਲੀ ਜਗ੍ਹਾ ਦੇਖ ਕੇ ਨਾਲ ਟਰਾਲੀ ਲਾ ਕੇ ਲਾਉਣੇ ਸੀ। ਹੁਣ ਟਰਾਲੀ ਉੱਡ ਗਈ ਆ ਅਤੇ ਇੱਥੇ ਜੁਗਾੜ ਕੀਤਾ ਆ, ਤੁਹਾਨੂੰ ਦਿਖਾਉਂਦੇ ਹਾਂ ਲੰਗੇ ਲਾਉਣ ਆਪਣੇ ਬੰਦੇ ਟਰੈਕਟਰ ਟਰਾਲੀ 'ਚ, ਪੂਰੀ ਤਿਆਰੀ 'ਚ ਆਪਾਂ ਇਹੋ ਟਰੈਕਟਰ ਚੱਲਦੇ ਤੁਹਾਨੂੰ ਦਿਖਾਉਂਦੇ ਹਾਂ ਆਪਣੇ, ਅਤੇ ਰੇਟ ਦੇ ਨੰਬਰ ਪੈਂਦਾ ਵੀ ਨਹੀਂ, ਬਾਕੀ ਮਾਲਕ ਦੇ ਹੱਥ ਵਾਸਤੇ। ਪਾਲਟੀ ਚੱਲਦਾ ਜੀ, ਤਿਆਰੀ ਹੋ ਰਹੀ ਹੈ ਕਹਿੰਦੇ ਮੇਰੇ ਵੀਰੋ, ਫੁੱਲ ਰੈਡੀ ਹੋਣ ਦਿਆ ਸਮਾਨ ਆਪਣੇ ਗੋਪੀ ਭਾਅ ਜੀ ਹੈਲਪ ਕਰਨ ਦੇ। ਉਹ ਸਤਵਿੰਦਰ ਭਾਅ ਜੀ ਵੀ ਰੈਡੀ ਹੋਣ ਦਿਆ, ਆਹ ਆਪਣਾ ਟਰੈਕਟਰ ਪਹਿਲਾਂ ਚੱਲਣਾ, ਟਰੈਕਟਰ ਹੁਣ ਆਪਾਂ ਲਾ ਲਿਆ ਟਰਾਲੀ 'ਚੋਂ, ਵੇਖ ਹੀ ਲਿਆ ਹੋਣਾ ਤੁਸੀਂ। ਇਹ ਆਪਣੇ ਭਾਈ ਤਲਵਣ ਤੋਂ ਆ, ਕਮਲ ਭਰਾ ਆਪਣਾ, ਇਹਨਾਂ ਨੇ ਵੀ ਨੰਬਰ 71 ਦਾ ਸੱਦਿਆ ਹੈ, ਗੱਡੀ ਦਾ ਸਵਿਫਟ ਗੱਡੀ ਆ, ਤੁਹਾਨੂੰ ਦਿਖਾਵਾਂਗੇ, 71 ਨੰਬਰ ਦਾ ਪੂਰਾ ਕਰੇਜ ਹੈ, ਆਪਾਂ ਵੀ ਗੱਡੀਆਂ ਦੇ ਨੰਬਰ 71 ਹੀ ਆ, ਬਾਕੀ ਦਿਖਾਉਂਦੇ ਹਾਂ ਤੁਹਾਨੂੰ ਗੱਡੀਆਂ ਵੀ ਆਪਣੀਆਂ। ਦੇਖ ਲਓ ਮੁੰਡਿਆਂ ਨੇ ਸਪੈਸ਼ਲ ਨੰਬਰ 71-72 ਹੀ ਲਏ ਹੋਏ ਆ, ਗੱਡੀਆਂ ਤੁਹਾਨੂੰ ਦਿਖਾਉਂਦੇ ਹਾਂ, ਇੱਕ ਆ ਵੀ PV 37-71 PV 36-72
ਜੱਸੇ ਭਰਾ ਦੀ ਸਰਾਂ ਵਾਲੇ ਦੀ ਗੱਡੀ ਪੂਰਾ ਲੱਗਦਾ ਮੀਡੀਆ ਸੌਖਾ ਹੀ ਮੇਲਾ ਦੇਖਣ ਚੱਲੇ ਤਵੀਆਂ ਦਾ ਆਪਣਾ ਟਰੈਕਟਰ ਹੀ ਚੱਲਦਾ ਦੇਖਣਾ ਇਹਨੇ ਹੋਰ ਕੋਈ ਦੇਖ ਵੀ ਨੀ ਹੋਣਾ ਇਹਦੇ ਕੋਲ ਇਹਨੇ ਜਾ ਕੇ ਧਾਰਾਂ ਵੀ ਕੱਢਣੀਆਂ ਚਲੇ ਟਰੈਕਟਰ ਆਪਣਾ ਚੱਲ ਹਟਿਆ ਉਹ ਟੈਕਨੀਕਲ ਖਰਾਬੀ ਆ ਗਈ ਸੀ ਕੋਈ ਅਤੇ ਕਲੱਚ ਪਲੇਟ ਦਾ ਲੱਗਦਾ ਕੰਮ ਹੋ ਗਿਆ ਟਰੈਕਟਰ ਦਾ ਇੱਕ ਜਿਹੜਾ ਟਰੈਕਟਰ ਨੇ ਲਾਇਆ ਅਤੇ ਬੰਦ ਹੋ ਗਿਆ ਹੁਣ ਆਪਣਾ ਟਰੈਕਟਰ ਚੱਲਣਾ ਜਗਾ ਅਤੇ ਇਹਦੀਆਂ ਖੁੱਤੀ ਪਾਉਂਦਾ ਕਿ ਨਹੀਂ ਪਾਉਂਦਾ ਉਹ ਰੱਬ ਜਾਣਦਾ ਰੱਬ ਆਸਰੇ ਆ ਉਹਨੂੰ ਦੇਖਦੇ ਹਾਂ ਕੀ ਬਣਦਾ ਆ ਜੋਰ ਤਾਂ ਮੁੰਡਿਆਂ ਨੇ ਪਹਿਲਾਂ ਪੂਰਾ ਲਾਇਆ ਸੀ ਹੁਣ ਵੀ ਲਾਇਆ ਨਹੀਂ ਬੱਸ ਚੱਲਿਆ ਟਰੈਕਟਰ ਮਸ਼ੀਨਰੀ ਆ ਮਸ਼ੀਨਰੀ ਨੂੰ ਕੁਛ ਵੀ ਹੋ ਸਕਦਾ ਇਨਸਾਨ ਦੇ ਹੱਥ ਵੱਸ ਨਹੀਂ ਰਿਹਾ ਕਿਸੇ ਟਾਈਮ ਦੀ ਮਸ਼ੀਨਰੀ ਦਾ ਕੁਛ ਵੀ ਖਰਾਬ ਹੋ ਸਕਦਾ ਕੋਈ ਪੁਰਜਾ ਉਹਦਾ ਖਰਾਬ ਹੋ ਗਿਆ ਹੁਣ ਇਹਦਾ ਜਗਾਰੂ ਦਾ ਦੇਖਦੇ ਕੀ ਬਣਦਾ ਹੈ ਅਤੇ ਇੱਕ ਨਾਲੇ ਲੰਡੀ ਜੀ ਜੀਪ 'ਚ ਵੀ ਹੁਣ ਗੱਡੀ ਲਾ ਲਈ ਹੈ ਤੁਹਾਨੂੰ ਦਿਖਾਉਂਦੇ ਹੱਟ ਪਿੱਛੇ ਚੈਲੰਜ ਹੋ ਗਿਆ ਵੀਲ ਚੱਕ ਕੇ ਦੇਖਣਾ ਵੀ ਮੁੰਡੇ ਚੱਕ ਸਕਦੇ ਕਿ ਨਹੀਂ ਕਿਉਂਕਿ ਸਾਡਾ ਪਿੰਡੀ ਹੁੰਦਾ ਸੀ ਉਹ ਇਕੱਲਾ 80 ਕਿਲੋ ਦੀ ਪਲੇਟ ਚੱਕ ਕੇ ਮਾਰਦਾ ਹੁੰਦਾ ਆਹ ਮੁੰਡੇ ਜਿਮ ਵਾਲੇ ਆ ਹੱਟੇ ਕੱਟੇ ਆ ਚਲਾ ਅਰਸ਼ ਚੱਲ ਉਹ ਭੈਣ ਦੀ ਆ ਗਿਆ ਆ ਗਈ ਆ ਕੀਤਾ ਭਾਜੀ ਮੈਂ ਇਕੱਲੇ ਨਹੀਂ ਚੱਕ ਲੈਣਾ ਯਾਰ ਆਹ ਮੁੰਡਾ ਜੀ ਬਹੁਤ ਮਿਹਨਤੀ ਆ ਨੱਟ ਦੇ ਲੋ ਇੱਦਾਂ ਹੀ ਪੈਰਾਂ ਭਾਰੀ ਬੈਠ ਕੇ ਕੱਸਦਾ ਰਹਿੰਦਾ ਮਰ ਗਏ ਓਏ ਕੰਮ ਤਾਂ ਸਹੀ ਹੁੰਦਾ ਪਿਆ ਕੰਮ ਸਾਰਾ ਹੀ ਸਹੀ ਆ ਮੁੰਡੇ ਪੂਰੀ ਤਿਆਰੀ 'ਚ ਆ ਪੂਰਾ ਜਗਾੜ ਇੱਧਰ ਜ਼ੋਰ ਲੱਗਿਆ ਪਿਆ ਮੁੰਡਿਆਂ ਦਾ ਪੂਰਾ
ट्रैक्टर चे ना पानी पाया स्पैशल सेवा इन्हों की पानी की पर इन्हों की कृपा ना ही देखो महाराज जे रंग लिया तो शायद ट्रैक्टर नंबर पा दे ਭੁੱਖ ਲੱਗੀ ਆ ਟਰੈਕਟਰ ਤਾਂ ਸਾਡਾ ਚੱਲਣ ਨਹੀਂ ਦਿੱਤਾ ਕਮੇਟੀ ਨੇ ਇੱਕ ਮੌਕਾ ਹੀ ਦਿੱਤਾ ਦੂਜਾ ਮੌਕਾ ਨਹੀਂ ਦਿੱਤਾ ਉਦੋਂ ਨੂੰ 4-9 ਤਰੀਕ ਨੂੰ ਜੇ ਨਾ ਕੁਝ ਹੋਇਆ ਫੇਰ ਨਹੀਂ 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 ਲੱਗ ਜਾ ਪਹਿਲਾਂ ਮੈਨੂੰ ਮੈਂ ਨਹੀਂ ਪ੍ਰੋਮਿਸ ਕਰੋ ਕੀ ਕਰੋਗੇ ਹੋਰ ਹਾਰਡ ਵਰਕ ਕਰਾਂਗੇ ਅਸੀਂ ਵਾਹ ਕਰਾਂਗੇ ਉਹ ਤਾਂ 3 ਸਾਲ ਹੋ ਗਏ ਕਰਦਿਆਂ ਨੂੰ ਇਹ ਨਹੀਂ ਅਸੀਂ ਵੇ ਕਰਾਂਗੇ ਅਸੀਂ ਨਹੀਂ ਤੂੰ ਆਇਆ ਕਿੱਥੋਂ ਮੈਂ ਮਨੀਲੇ ਤੋਂ ਆਇਆ ਜੇ ਨਾ 2 ਸਾਲ ਦੇ ਵਿੱਚ ਅੱਜ ਜਾਨੀ ਦੋ ਪ੍ਰੋਗਰਾਮਾਂ ਤੇ ਗੱਲ ਬਣੀ ਹੈ ਮਨੀਲੇ ਨੂੰ ਵਾਪਸ ਚਲ ਜਾਵਾਂਗੇ ਹੈਗੀ ਪੱਕੀ ਇਦਾਂ ਕਹਦੇ ਨਹੀਂ ਇਹਨੂੰ ਕਹੇ ਇਦਾਂ ਕਹਦੇ ਨਹੀਂ ਨਹੀਂ ਇਦਾਂ ਕਰੇ ਨਹੀਂ 2 ਸਾਲ ਇਹਨਾਂ ਨੇ ਨਾ ਆਵਾਜ਼ 'ਚ ਪ੍ਰੋਬਲਮ ਪੈ ਗਈ ਆ ਜਹਾਜ਼ ਦੇ ਵਿੱਚ ਇਹਨਾਂ ਨੂੰ ਹਨਾ ਥੋੜਾ ਜਿਹਾ ਖਾਣਾ ਦਿੱਤਾ ਉਹਨਾਂ ਵਿੱਚ ਥੁੱਕ ਕਰਕੇ ਸੀ ਉਹ ਕੱਚ ਸੀਗਾ ਕੱਚ अपने दोस्त के घर आए इत्थे सो जाना है सवेरे उठ के घरे जाना मेला देख आए हैं मेला तुहानू पता ही है तकरीबन बहुत वधिया रहा है बाकी तुसीं वीडियो च देख ही लिया होना जो कुछ भी उत्थे मेले ते होया तो बाकी उदा कमेटी वालों थोड़ा जहा साथ देना चाहिए उदा कमेटी ने बहुत साथ दिता पहला बंदे अपने लेट गए थे थोड़ा ट्रैक्टर लैके उन्होंने चलन दिता तो पर जब ट्रैक्टर चल ही गया ट्रैक दे विच आ गया सी फिर थोड़ा जहा उन्होंने साथ ये देना बनता सी कि एक मौका ट्रैक्टर नूं जरूर देंदे दूसरा भी उन्होंने फर्ज सी देना बनता ही कमेटी पोस्टर उपर भी लिखा सीगा कि दो मौके देवांगे ट्रैक्टर जे कोई तकनीकी खराबी आउंदी आ ट्रैक्टर से तकनीकी खराबी आई से उन्होंने मौका देना बनता ही बाद भी अद्धा अद्धा पौना पौना घंटा ट्रैक्टर की वेट की असं उ ट्रैक्टर खड़ के देखा उ मिनट जो साडा भी चलन दे देंगे तो वधिया सगा इन्ना के मुंडे सारे साढ़े इन्नी मेहनत तुम दिखाया ही बिच कि इन्नी मेहनत करके वेट पाते इन्ना जोर लाया कि ट्राली खुब गई सी तो टूटी पाट गई एक ट्रैक्टर की तो इन्ना खज्जल खराब होए फिर भी चलो टाइम तो लगता ही है हर काम में टाइम लगा तो कमेटी वालों थोड़ा जहा सहयोग देना चाहिए बाकी जो कमेंटर भरा से अपने उन्होंने भी रूलों का पता ही उन्होंने एक बार ही नहीं बोलिया कि आह रूल सही आह हों बाकी पिंड बड़ा बोलते चलो उन्होंने भी दिलों धन्यवाद आ जिन्होंने साथ नहीं दिता जिन्होंने दिता उन्होंने भी दिलों धन्यवाद आ बहुत वधिया मेला रहा पर अगले मेले च मिलते हैं तुम बिच दसिया भरा अपने ने एक ने मेला कि तरीक न मिलते जो टाइम लगा तो अगले मेले के ब्लॉग बनावे सत श्रीकाल अलविदा हम सौने थके टुटे पे हाँ पूरे हम जो अगर मिट्टी बूटा का हाल देख माड़ा बूटा दे मारी मिटा कैमरा मिट्टी मैं कहना मिट्टी पूरी बिच भर गई है अद्धा अद्धा इंच मिट्टी भर गई होनी पैर से इन्नी मिट्टी धुद्दल मिट्टी बुरा हाल उ बड़ा ज्यादा ही बुरा हाल हों मेल चंगा जी सत श्रीकाल अलविदा ओके बाय बाय।